ਕਿਹਾ ਸਾਧਾ ਚੱਲ ਨਹੀਂ ਕੀਤਾ ਕੁਝ ਨਹੀਂ ਕੀਤਾ ਤੇ ਹੁਣ ਉਹ ਕਿਆ ਕਰ ਸਕਦਾ ਸੀ ਕਰ ਬੰਦੇ ਬੜਾ ਸੋਹਣਾ ਇੰਟਰਵਿਊ ਦਿੱਤਾ ਬੜੀ ਦੇਰ ਜਾਣੇ ਨਾ ਅੱਛਾ ਕੋਈ ਇੰਟਰਵਿਊ ਉਸ ਆ ਜੀ ਕਿ ਵਾਕਈ ਮੈਂ ਭਾਈ ਬੰਦਾ ਜਾਓ ਤਾਂ ਇਮਰਾਨ ਜੋ ਕਿ ਦਾਅਵੇ ਕੀਤੇ ਸੀ ਉਹ ਨਹੀਂ ਕੀਤੇ ਪੂਰੇ ਮਗਰ ਜਿਹੜਾ ਮਤਲਬ ਹੈ ਕਿ ਅਸਲ ਮਤਲਬ ਇਹ ਦੂਏ ਜਿੱਥੇ ਚੋਰ ਇਕੱਠੇ ਹੋਏ ਵੇ ਇਹਨਾਂ ਪਿਛਲੀਆਂ ਤਰੀਆਂ ਸਾਲਾਂ ਨਹੀਂ ਕੀਤਾ ਤਾਂ ਹੁਣ ਅਸੀਂ ਤਾਂ ਕਿਆ ਕਰਦੇ ਜ਼ਰੂਰ ਚਾਹੀਦਾ ਅਤੇ ਉਹਨਾਂ ਬਿਲਕੁਲ ਲਾ ਕੇ ਉਹਨਾਂ ਵਾਸਤੇ ਚੇਂਜ ਹੋਣਾ ਚਾਹੀਦਾ ਮਗਰ ਜਿਸ ਤਰ੍ਹਾਂ ਤੋਕੋ ਸੀ ਚੇਂਜ ਹੋ ਸੀ ਪ੍ਰੋਬਲਮ ਸੀ ਇਮਰਾਨ ਨਾਲ ਉਹ ਹੋਲੀ ਹੋਲੀ ਭਾਈ ਆ Thank you.